ਸਟੂਡੈਂਟਸ ਅੱਜ ਅਸੀਂ ਕਰਾਂਗੇ ਲੇਖ ਮੇਰਾ ਚੰਗਾ ਮਿੱਤਰ ਉਹਨ ਤਾਂ ਮੇਰੇ ਕਈ ਮਿੱਤਰ ਹਨ ਪਰ ਡੈਸ਼ ਮੇਰਾ ਸਭ ਤੋਂ ਚੰਗਾ ਮਿੱਤਰ ਹੈ ਡੈਸ਼ ਵਿੱਚ ਤੁਸੀਂ ਆਪਣੇ ਚੰਗੇ ਮਿੱਤਰ ਦਾ ਨਾਮ ਲਿਖੋਗੇ ਗਰਲਸ ਨੂੰ ਆਪਣੀ ਸਭ ਤੋਂ ਵਧੀਆ ਸਹੇਲੀ ਦਾ ਨਾਮ ਲਿਖਣ ਗਿਆ ਉਹ ਮੇਰੀ ਜਮਾਤ ਵਿੱਚ ਪੜਦਾ ਹੈ ਗਰਲਸ ਲਿਖਣ ਗਿਆ ਪੜਦੀ ਹੈ ਅਸੀਂ ਦੋਵੇਂ ਇੱਕੋ ਮੁਹੱਲੇ ਵਿੱਚ ਰਹਿੰਦੇ ਹਾਂ ਉਸਦੇ ਪਿਤਾ ਜੀ ਮੈਡੀਕਲ ਸਟੋਰ ਚਲਾਉਂਦੇ ਹਨ ਉਸਦੇ ਮਾਤਾ ਜੀ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ ਇੱਥੇ ਤੁਸੀਂ ਆਪਣੇ ਦੋਸਤ ਯਾ ਆਪਣੀ ਸਹੇਲੀ ਦੇ ਮਾਤਾ ਪਿਤਾ ਜੋ ਕਰਦੇ ਹਨ ਉਹਨਾਂ ਦੇ profession ਬਾਰੇ ਵੀ ਲਿਖ ਸਕਦੇ ਹੋ ਉਹ ਪੜਾਈ ਵਿੱਚ ਬਹੁਤ ਹੁਸ਼ਿਆਰ ਹੈ ਇੱਥੇ ਤੁਸੀਂ ਆਪਣੇ ਮਿੱਤਰ ਦਾ ਨਾਮ ਲਿਖੋਗੇ ਉਹ ਹਮੇਸ਼ਾ ਸਕੂਲ ਵਿੱਚ ਪਹਿਲੇ ਜਾਂ ਦੂਜੇ ਨੰਬਰ ਤੇ ਆਉਂਦਾ ਹੈ ਕਮਜ਼ੋਰ ਵਿਦਿਆਰਥੀਆਂ ਦੀ ਪੜਾਈ ਵਿੱਚ ਮਦਦ ਕਰਦਾ ਹੈ ਉਹ ਸਮੇਂ ਦਾ ਬਹੁਤ ਪਾਬੰਦ ਹੈ ਸਮੇਂ ਦਾ ਪਾਬੰਦ ਮਤਲਬ ਸਾਰੇ ਕੰਮ ਸਮੇਂ ਸਿਰ ਕਰਦਾ ਹੈ ਉਸਨੇ ਇੱਕ ਟਾਈਮ ਟੇਬਲ ਬਣਾਇਆ ਹੋਇਆ ਹੈ ਜਿਸ ਦੇ ਅਨੁਸਾਰ ਉਹ ਪੜਨ ਵੇਲੇ ਪੜਦਾ ਹੈ ਅਤੇ ਖੇਡਣ ਵੇਲੇ ਖੇਡਦਾ ਹੈ। ਰੋਜ਼ ਸਵੇਰੇ ਸੈਰ ਕਰਨ ਜਾਂਦਾ ਹੈ ਮੈਂ ਵੀ ਉਸਦੇ ਨਾਲ ਜਾਂਦਾ ਹਾਂ ਉਸਦੀ ਸਿਹਤ ਬਹੁਤ ਚੰਗੀ ਹੈ। ਉਹ ਸਕੂਲ ਵਿੱਚ ਖੇਡਾਂ ਵਿੱਚ ਵੀ ਹਿੱਸਾ ਲੈਂਦਾ ਹੈ। ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਹੈ ਸਤਿਕਾਰ ਵਿੱਚ ਆਦਰ, ਮਾਣ। ਉਹ ਬਹੁਤ ਮਿਹਨਤੀ ਹੈ, ਹਮੇਸ਼ਾ ਸੱਚ ਬੋਲਦਾ ਹੈ, ਸਾਰਿਆਂ ਨਾਲ ਮਿਲ ਜੁਲ ਕੇ ਰਹਿੰਦਾ ਹੈ। ਸਾਰੇ ਅਧਿਆਪਕ ਤੇ ਪ੍ਰਿੰਸੀਪਲ ਸਾਹਿਬ ਉਸ ਨੂੰ ਬਹੁਤ ਪਿਆਰ ਕਰਦੇ ਹਨ। ਉਹ ਇਮਾਨਦਾਰ ਹੈ ਕਈ ਵਾਰ ਲੋੜਵੰਦਾਂ ਦੀ ਪੈਸੇ ਨਾਲ ਸਹਾਇਤਾ ਕਰਦਾ ਹੈ ਲੋੜਵੰਦ ਜਿਨ੍ਹਾਂ ਨੂੰ ਕਿਸੇ ਪੈਸੇ ਦੀ ਲੋੜ ਹੋਵੇ ਜਾਂ ਕਿਸੇ ਚੀਜ਼ ਦੀ ਵੀ ਲੋੜ ਹੋਵੇ ਉਹ ਸਵਾਰਥੀ ਬਿਲਕੁਲ ਨਹੀਂ ਹੈ ਸਵਾਰਥੀ ਮੇਜ਼ ਮਤਲਬੀ ਉਹ ਉਹ ਪੜਾਈ ਵਿੱਚ ਮੇਰੀ ਸਹਾਇਤਾ ਕਰਦਾ ਹੈ ਮੈਨੂੰ ਆਪਣੇ ਮਿੱਤਰ ਤੇ ਬਹੁਤ ਮਾਣ ਹੈ ਵਾਹਿਗੁਰੂ ਉਸ ਦੀ ਉਮਰ ਲੰਮੀ ਕਰੇ ਇਹ ਲੇਖ ਤੁਸੀਂ ਆਪਣੀ ਆਪਣੀ ਨੋਟਬੁੱਕ ਵਿੱਚ ਲਿਖਣਾ ਹੈ ਅਤੇ ਯਾਦ ਕਰਨਾ ਹੈ ਥੈਂਕ ਯੂ